ਪੀਏ ਸਾਡਾ ਹਸਪੀਟਲ ਦੁਬਾਰਾ ਸ਼ੁਰੂ ਕਰਵਾਇਆ ਜਾਵੇ ਜਲਦ ਜੇ ਨਾ ਕੀਤਾ ਗਿਆ ਇਹਦੇ ਵਾਸਤੇ ਇਲਾਕਾ ਨਿਵਾਸੀ ਕੋਈ ਹੋਰ ਅਬਰਾਲਾ ਸੋਚਣਗੇ ਫਿਰ ਇਹ ਬਿਲਡਿੰਗ ਹਟਾ ਕੇ ਤੇ ਇਥੇ ਕੋਠੇ-ਗਾਠੇ ਬਣਾਵਾਂਗੇ ਇਹ ਗਰੀਬਾਂ ਦੇ ਜਿਹੜੇ ਕੰਮ ਆਉਣ ਬੀਲੋ ਚੈਨਲ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਅਸੀਂ ਅੱਜ ਅਮਰਸਾਦ ਦੇ ਕਨੂਪੁਰ ਕਾਲੇ ਵਿੱਚ ਮੌਜੂਦ ਹਾਂ ਜਿੱਥੇ ਇੱਕ ਸੈਟਲਾਈਟ ਹਸਪਤਾਲ ਹੈ ਜਿਹਦਾ ਨਾਮ ਹੈਗਾ ਭਾਈ ਹਿੰਮਤ ਸਿੰਘ ਯਾਦਗਾਰੀ ਹਸਪਤਾਲ ਹੈ ਸੈਟਲਾਈਟ ਚ ਅਤੇ ਕਾਫੀ ਚਿਤੋਂ ਜਿਹੜਾ ਇਹ ਬੰਦ ਆ ਅਤੇ ਇਲਾਕਾ ਨਿਵਾਸੀਆਂ ਦੀ ਮੰਗ ਸੀ ਵੀ ਇਹਨੂੰ ਜਿਹੜਾ ਜਲਦ ਜਲਦ ਚਾਲੂ ਕਰਾਇਆ ਜਾਵੇ ਕਿਉਂਕਿ ਦਿਨ ਰਾਤ ਜਦੋਂ ਕੋਈ ਪੇਸ਼ੈਂਟ ਪਿੰਡ ਤੱਕ ਮਰੀਜ਼ ਇੱਥੇ ਆਉਂਦਾ ਤੇ ਇੱਥੇ ਆ ਕੇ ਜਦੋਂ ਕੋਈ ਮਿਲਦਾ ਨਹੀਂ ਡਾਕਟਰ ਤਾਂ ਕਾਫੀ ਇਹਨਾਂ ਨੂੰ ਪਰੇਸ਼ਾਨੀ ਆਉਂਦੀ ਹੈ ਤੇ ਸਾਡੇ ਨਾਲ ਪਿੰਡ ਦੇ ਕੁਝ ਲੋਕ ਨੇ ਗੱਲਬਾਤ ਕਰਨ ਸਤਿ ਪਵਲਾ ਭਾਈ ਬੋਬਾ ਦਾ ਸਵਾਗਤ ਹੈ ਜੀ ਮੈਂ ਭਾਜੀ ਲਖਵਿੰਦਰ ਕੁਮਾਰ ਬੱਬੂ ਭਾਈ ਹਿੰਮਤ ਸਿੰਘ ਇਹ ਪੰਜ ਪਿਆਰਿਆਂ ਦੇ ਨਾਂ ਤੇ ਇਹ ਅੰਮ੍ਰਿਤਸਰ ਨੂੰ ਤੋਹਫਾ ਦਿੱਤਾ ਗਿਆ ਸੀ ਕਿਸੇ ਟਾਈਮ ਤੇ ਉਹਨਾਂ ਵਿੱਚੋਂ ਇੱਕ ਪਾਈ ਹਿੰਮਤ ਸਿੰਘ ਦਾ ਇੱਥੇ ਸਾਡੇ ਪਿੰਡ ਦੇ ਵਿੱਚ ਬਣਾਇਆ ਗਿਆ ਅਸੀਂ ਸਿਵਲ ਸਰਜਨ ਸਾਹਿਬ ਦੇ ਅੱਗੇ ਆਪਣੇ ਐਮਐਲਏ ਸਾਹਿਬ ਦੇ ਅੱਗੇ ਇਹੋ ਬੇਨਤੀ ਕਰਾਂਗੇ ਜਿੱਦਾਂ ਸ਼ੁਰੂ ਤੋਂ ਇਹ ਪੰਜੀ ਬੈਡਾਂ ਦਾ ਹਸਪੀਟਲ ਆ ਭਾਜੀ ਇਹ ਕਿਉਂ ਬੰਦ ਕੀਤਾ ਗਿਆ ਸਮਝ ਤੋਂ ਬਾਹਰ ਹੈ ਆ ਇੱਥੇ ਗਰੀਬ ਲੋਕ ਨੇ ਜਿਹੜੇ ਵਿਚਾਰੇ ਦਿਹਾੜੀਦਾਰ ਨੇ ਹਸਪੀਟਲ ਇੱਥੇ ਡਰਿਵਰੀਆਂ ਡਿਲੀਵਰੀਆਂ ਹੁੰਦੀਆਂ ਸੀ ਸਭ ਕੁਝ ਹੁੰਦਾ ਸੀ ਪਰ ਇਹਨਾਂ ਨੇ ਇਹ ਕਿਉਂ ਬੰਦ ਕੀਤਾ ਗਿਆ ਕੀ ਇਹ ਰਾਜਨੀਤੀ ਕੋਈ ਸਿਆਸਤ ਹੈ ਜਾਂ ਕਿੱਦਾਂ ਇਹ ਸਾਨੂੰ ਨਹੀਂ ਇਸ ਚੀਜ਼ ਦਾ ਪਤਾ ਅਸੀਂ ਤੇ ਇੱਕੋ ਬੇਨਤੀ ਕਰਾਂਗੇ ਵੀ ਸਾਡਾ ਹਸਪੀਟਲ ਦੁਬਾਰਾ ਉਸ ਤਰ੍ਹਾਂ ਹੀ ਡਾਕਟਰ ਮੁਹੱਈਆ ਕਰਾਏ ਕਰਾਏ ਜਾਣ ਔਰ ਜਿਹੜਾ ਅਗਰੇ ਸਾਡੀ ਪੁਕਾਰ ਗਵਰਨਮੈਂਟ ਨੇ ਜਾਂ ਸਿਵਲ ਸਰਜਨ ਸਾਹਿਬ ਨੇ ਪ੍ਰਸ਼ਾਸਨ ਦੇ ਨਾ ਸੁਣੀ ਕਹੀਂ ਇਹਦੇ ਵਾਸਤੇ ਕੋਈ ਹੋਰ ਫਿਰ ਅਪਰਾਲਾ ਸੋਚਾਂਗੇ ਪ੍ਰਧਾਨ ਜੀ ਇਹ ਦੱਸੋ ਮੈਨੂੰ ਵੀ ਇਹ ਜਿਹੜਾ ਹਸਪਤਾਲ ਆਇਆ ਬਿਲਡਿੰਗ ਕਾਫੀ ਵੱਡੀ ਬਣਾਈ ਆ ਕਾਫੀ ਪੈਸਾ ਲਗਾਇਆ ਗਿਆ ਬਿਲਡਿੰਗ ਤੇ ਪਰ ਜਦੋਂ ਬਿਲਡਿੰਗ ਦੇ ਹਾਲਾਤ ਦੇਖੇ ਗਏ ਕੋਈ ਮੈਂਟੇਨ ਨਹੀਂ ਕੀਤਾ ਗਿਆ ਥਾਂ ਥਾਂ ਤਰੇੜਾਂ ਪਈਆਂ ਵਾ ਜਿਹੜਾ ਲੈਟਰੀ ਬਾਥਰੂਮ ਦਾ ਬਹੁਤ ਬੁਰਾ ਹਾਲ ਹੈ ਤੇ ਖਾਸ ਕਰਕੇ ਲੈਬੋਰੀ ਹੈ ਜਾਂ ਤੁਸੀਂ ਦੱਸਦੇ ਹੋ ਵੀ 25 ਜਿਹੜੇ ਬੈਂਡ ਦਾ ਹਸਪਤਾਲ ਆ ਪਰ ਇਹ ਤੇ ਇਸ ਟਾਈਮ ਜਿਹੜਾ ਹਾਲਾਤ ਨੇ ਕਾਫੀ ਨੇ ਇੱਥੇ ਤੇ ਉਹਨੂੰ ਬੋਲਦੇ ਨੇ ਇਤਾਂ ਦੇ ਹਾਲਾਤ ਬਣੇ ਪਏ ਕਿਉਂ ਬਣੇ ਪਏ ਆ ਇਹ ਸਿਵਲ ਸਰਜਨ ਸਾਹਿਬ ਜਵਾਬ ਦੇ ਸਕਦੇ ਇਹ ਚੀਜ਼ ਕੋਈ ਇੱਥੇ ਕੇਅਰ ਨਹੀਂ ਹੈਗੀ ਕੋਈ ਕੁਝ ਨਹੀਂ ਜਦੋਂ ਹਸਪੀਟਲ ਚੱਲਦਾ ਸੀ ਉਦੋਂ ਬਿਲਕੁਲ ਠੀਕ ਸੀ ਜਦੋਂ ਦਾ ਇਹ ਹਸਪੀਟਲ ਬੰਦ ਕੀਤਾ ਗਿਆ ਵਾ 1 ਕਰੋੜ 36 ਲੱਖ ਰੁਪਈਆ ਇਸ ਹਸਪੀਟਲ ਦਾ ਉਸ ਟਾਈਮ ਤੇ ਜਦੋਂ ਬਣਿਆ ਸੀ ਇਹਦਾ ਉਸ ਗ੍ਰੈਂਡ ਮਿਲੀ ਸੀ ਤੇ ਇਹਦੇ ਕਰੀਬ-ਕਰੀਬ 1 ਕਰੋੜ 36 ਲੱਖ ਦੇ ਬਾਕੀ ਬਾਅਦ ਚ ਬਹੁਤ ਵਧੀਆ ਹਸਪੀਟਲ ਬਣਿਆ ਸੀ ਹੁਣ ਤੁਸੀਂ ਹਸਪੀਟਲ ਦੀ ਆ ਵੀ ਦੇਖ ਲਿਆ ਹੈ ਬਾਕੀ ਸਿਵਲ ਸਰਜਨ ਸਾਹਿਬ ਤੁਸੀਂ ਵੀ ਇੱਕ ਵਾਰੀ ਵੇਖ ਲਿਓ ਮੀਡੀਆ ਰਾਈ ਤੁਹਾਨੂੰ ਪਤਾ ਕਿਉਂ ਤੁਸੀਂ ਆਣਾ ਤੇ ਹੈ ਨਹੀਂ ਕਨਬੁਰ ਕਾਲਿਆਂ ਵਿੱਚ ਕੋਈ ਕੋਈ ਸੂਰਮਾ ਆਉਂਦਾ ਹਰ ਕੋਈ ਤੇ ਆਂਦਾ ਨਹੀਂ ਆ ਇੱਥੋਂ ਦੀਆਂ ਐਮਐਲਏ ਸਾਹਿਬ ਤੁਹਾਡੇ ਅੱਗੇ ਵੀ ਬੇਨਤੀ ਆ ਇੱਥੋਂ ਦੇ ਬਣੇ ਸਾਡੇ ਡਿਪਟੀ ਮੇਅਰ ਅੱਗੇ ਵੀ ਬੇਨਤੀ ਆ ਕਿ ਇਹ ਸਾਡਾ ਹਸਪੀਟਲ ਦੁਬਾਰਾ ਸ਼ੁਰੂ ਕਰਵਾਇਆ ਜਾਵੇ ਜਲਦ ਜੇ ਨਾ ਕੀਤਾ ਗਿਆ ਇਹਦੇ ਵਾਸਤੇ ਇਲਾਕਾ ਨਿਵਾਸੀ ਕੋਈ ਹੋਰ ਅਬਰਾਲਾ ਸੋਚਣਗੇ ਫਿਰ ਇਹ ਬਿਲਡਿੰਗ ਹਟਾ ਕੇ ਤੇ ਇੱਥੇ ਕੋਠੇ-ਗਾਠੇ ਬਣਾਵਾਂਗੇ ਇਹ ਗਰੀਬਾਂ ਦੇ ਜਿਹੜੇ ਕੰਮ ਆਉਣ ਸਤੋ ਅਡੀਗਲ ਪਰੇਸ਼ਾਨੀ ਆਉਂਦੀ ਹੈ ਦੱਸਿਆ ਗਿਆ ਪਿੰਡ ਦੇ ਜਿਹੜੇ ਲੋਕ ਨੇ ਜਿਵੇਂ ਰਾਤ ਬਰਾਤੇ ਕਿਸੇ ਨੂੰ ਕੋਈ ਲੇਡੀਜ਼ ਨੂੰ ਪ੍ਰੋਬਲਮ ਹੁੰਦੀ ਆ ਕੋਈ ਕਿਸੇ ਨੂੰ ਡਿਵੀ ਪ੍ਰੋਬਲਮ ਹੁੰਦੀ ਆ ਤੋਂ ਜਿਹਦੇ ਇੱਥੇ ਲੈ ਕੇ ਆਉਂਦੇ ਆ ਇੱਥੋਂ ਆ ਕੇ ਜੋ ਵੇਖੀ ਸਟਾਫ ਮਿਲਦਾ ਨਹੀਂ ਆ ਤੋਂ ਬੜੀ ਪਰੇਸ਼ਾਨੀ ਆਉਂਦੀ ਹੈ ਉਹ ਥਾਂ ਥਾਂ ਜਾ ਕੇ ਇਹਨਾਂ ਨੂੰ ਪਰੇਸ਼ਾਨ ਜਾ ਕੇ ਇਹ ਹੋਰਸਾ ਜਾਣਾ ਪੈਂਦਾ ਵਾ ਉਹਦੇ ਬਾਰੇ ਕੀ ਜਾਂਦਾ ਸਰ ਜਿਹੜਾ ਡਿਲੀਵਰੀ ਕੇਸ ਦਾ ਵਾ ਕੁਛ ਦਿਹਾਕਾ ਪਹਿਲਾਂ ਡਾਕਟਰ ਆਉਂਦੇ ਸੀ ਬਹੁਤ ਵਧੀਆ ਚੱਲ ਰਿਹਾ ਸੀ ਤੇ ਕੁਛ ਟਾਈਮ ਤੋਂ ਕੋਈ ਸਾਲਕ ਤੋਂ ਜਦੋਂ ਇਹਨਾਂ ਨੇ ਡਾਕਟਰ ਡਾਕਟਰ ਵੀ ਇੱਥੋਂ ਹੋਣ ਤੇ ਇੰਨੀ ਕੁ ਪ੍ਰੋਬਲਮ ਡਿਲੀਵਰੀ ਦਾ ਬਹੁਤ ਮੁਸ਼ਕਲ ਹੋਇਆ ਵਾ ਬਾਕੀ ਇਹ ਗੱਲ ਆ ਵੀ ਇਹ ਜਿੰਨੀਆਂ ਵੀ ਗੱਲਾਂ ਕਰੀ ਜਾਵਾਂਗੇ ਥੋੜੀਆਂ ਵਾ ਸਾਡੀ ਤੇ ਇੱਕੋ ਬੇਨਤੀ ਆ ਵੀ ਬਸ ਇਹਨੂੰ ਸ਼ੁਰੂ ਕੀਤਾ ਜਾਵੇ ਜੇ ਨਾ ਸ਼ੁਰੂ ਕੀਤਾ ਗਿਆ ਤੇ ਇਹਦੇ ਵਾਸਤੇ ਕੋਈ ਨਾ ਕੋਈ ਇਲਾਕਾ ਨਿਵਾਸੀ ਐਕਸ਼ਨ ਲੈਣਗੇ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਹੋਰ ਵੀ ਜਿਹੜੇ ਪਿੰਦੇ ਦੇ ਵਤਵੰਤੇ ਲੋਕ ਨੇ ਗੱਲਬਾਤ ਕਰਨ ਤੇ ਆ ਨੇ ਪੁੱਛਣੇ ਨੇ ਉਹਨੂੰ ਵੀ ਕੀ ਕਹਿਣਾ ਦਾ ਆ ਨਹੀਂ ਵੀ ਇਹ ਕੀ ਕਹਿਣਾ ਚਾਹੁੰਦਾ ਆਹ ਇੰਦੇ ਸਾਰੇ ਇਹ ਬੇਨਤੀ ਕਰਦੇ ਆਂ ਕਿ ਇਹ ਲੋਕਾਂ ਨੂੰ ਸਹੂਲਤ ਮਿਲੀ ਸੀ ਤੇ ਇਹ ਚਾਲੂ ਰਹਿਣੀ ਚਾਹੀਦੀ ਆ ਲੋਕਾਂ ਦਾ ਧੱਕਾ ਵਾ ਲੱਗੇ ਬਨੇ ਕੋਈ ਇਸ ਚੀਜ਼ ਦੀ ਸਹੂਲਤ ਨਹੀਂ ਹੈਗੀ ਹਨੇਰੇ ਸਵੇਰੇ ਬਿਮਾਰ ਸ਼ਮਾਰ ਇਲਾਕਾ ਬੜਾ ਵਾ ਤੇ ਸਰ ਮਾਤੜ ਲੋਕ ਰਹਿੰਦੇ ਆ ਤੇ ਬੇਨਤੀ ਕਰਦੇ ਸਰਕਾਰਾਂ ਗਾੜੀ ਕਿ ਇਹਨੂੰ ਸਾਡੀ ਬੇਨਤੀ ਮਨਜ਼ੂਰ ਕਰਨ ਤੇ ਇਹਨੂੰ ਚਾਲੂ ਰੱਖਣ ਜੀ ਕਈ ਤੇ ਹੀ ਬੇਨਤੀ ਕਰ ਸਕਦੇ ਆ ਸਰ ਨਹੀਂ ਇਹ ਦੱਸੋ ਵੀ ਜਿਹੜਾ ਹਸਪਤਾਲ ਆ ਲਿਆ ਕਦੋਂ ਦਾ ਬੰਦ ਪਿਆ ਵਾ ਤੇ ਅਸੀਂ ਦੇਖਿਆ ਸਟਾਫ ਵੀ ਹੈਗਾ ਵਾ ਜਿਹੜਾ ਜਿਹੜਾ ਮੇਨ ਹੁੰਦਾ ਸੀ ਜਿਵੇਂ ਇਥੇ ਡਿਲਵਰੀ ਦੀ ਵਗਾਰਾ ਜਾਂ ਅਟੈਂਡ ਕਰਦੇ ਸੀ ਜਾਂ ਜਿਹੜੇ ਦੱਸਿਆ ਬੱਚੀ ਬੰਡ ਦਾ ਹਸਪਤਾਲ ਸੀ ਉਹ ਬਿਲਕੁਲ ਬੰਦ ਹੋ ਚੁੱਕਿਆ ਵਾ ਉਹ ਇਥੋਂ ਜਿਹੜਾ ਸ਼ਿਫਟ ਹੋ ਕੇ ਕਿੱਥੇ ਚਲ ਗਿਆ ਵਾ ਉਹ ਸਰ ਮੈਨੂੰ ਪਤਾ ਲੱਗਾ ਵਾ ਥੋੜਾ ਜਿਹਾ ਕਿ ਨਰੈਣਗੜ੍ਹ ਤੇ ਬਦਲੀ ਹੋਈ ਹੈ ਜੀ ਬਦਲ ਕੇ ਉੱਥੇ ਨਰੈਣਗੜ੍ਹ ਚਲੇ ਗਏ ਆ ਜੀ ਤੇ ਇਹਦੀਆਂ ਸਹੂਲਤਾਂ ਬੜੀਆਂ ਸੀ ਲੋਕ ਪਰੇਸ਼ਾਨ ਆ ਵਿਚਾਰੇ ਕੋਈ ਸੁਣਦਾ ਨਹੀਂ ਆ ਜੀ ਇਹ ਬੇਨਤੀ ਇਹ ਕਰਦੇ ਆ ਸੂਰਜ ਚਾਲੂ ਰੱਖੀ ਜਾਵੇ ਸਾਡੇ ਵਾਸਤੇ ਜੀ ਲੋਕਾਂ ਵਾਸਤੇ ਕਿਉਂਕਿ ਕਨੂ ਬਕਾਲਾ ਕਾਫੀ ਪਿੰਡ ਹੈ ਬਾਬਾ ਜੀ ਦਾ ਇਤਿਹਾਸਿਕ ਪਿੰਡ ਹੈ ਬਾਬਾ ਦਸਨ ਸਿੰਘ ਕੁਲੀਆਣਾ ਦਾ ਪਿੰਡ ਹੈ ਤੇ ਕਾਫੀ ਆਬਾਦੀਆ ਲੋਕ ਹੈਗੇ ਪਿੰਡ ਹੈ ਤੇ ਇਸ ਕਕੇ ਜਿਹੜੀ ਸਹੂਲਤਾਂ ਤੋਂ ਵੰਝਾ ਰਹਿ ਗਿਆ ਕਿਤਨੇ ਕਿਤਨੇ ਜਿਹੜੇ ਕਿਉ ਲੋਕ ਜਿਹੜੇ ਆ ਇੱਥੋਂ ਜਾਂਦੇ ਜਦੋਂ ਪੇਸ਼ੈਂਟ ਆਉਂਦਾ ਕਾਸ ਕਰਕੇ ਜਦੋਂ ਪਰੇਸ਼ਾਨੀ ਰੇਲਵੇ ਦੀ ਹੁੰਦੀ ਹੈ ਰਾਤ ਬੱਤ ਲੋੜ ਪੈਂਦੀ ਹੈ ਇੱਥੇ ਹੋਣ ਸਟਾਫ ਕੁ ਮਿੱਦਾਂ ਨਹੀਂ ਆ ਉਹਨੂੰ ਸ਼ਹਿਰ ਜਾਣਾ ਪੈਂਦਾ ਵਾ ਇਹਦੇ ਵਾਸਤੇ ਕਾਫੀ ਮੁਸ਼ਕਲ ਹੁੰਦੀ ਹੈ ਬਹੁਤ ਮੁਸ਼ਕਲ ਆਉਂਦੀ ਹੈ ਜੀ ਮੇਰੇ ਹੁਣ 10 12 ਕਿਲੋਮੀਟਰ ਦੂਰ ਕਿਹੜਾ ਵਿਚਾਰਾ ਕੋਈ ਬੰਦਾ ਨ ਨਿੱਕੀ ਮੱਤੇ ਦਵਾਈਆਂ ਦਾ ਫਾਇਦਾ ਇਹ ਸਭ ਕੁਝ ਤਾਂ ਮਿਲਦਾ ਹੀ ਤੇ ਉਹ ਲੋਕ ਤੋਂ ਵਾਂਝੇ ਹੋ ਗਿਆ ਜੀ ਇਹ ਗੱਲ ਤਾਂ ਸਮਝ ਨਹੀਂ ਲੱਗੀ ਜੀ ਇਹ ਕਾਰਨ ਕੀ ਬਣਿਆ ਆਇੰਦਾ ਇੱਥੋਂ ਚੁੱਕ ਕੇ ਉੱਥੇ ਕਿਉਂ ਬਦਲੀ ਕਰਦੇ ਸਾਰੇ ਸਟਾਫ ਇੱਥੋਂ ਚਲੇ ਗਿਆ ਜੀ ਉੱਥੇ ਸਾਡੀ ਮੰਗ ਆ ਜੀ ਬੇਨਤੀ ਕਰਦੇ ਆ ਸਰਕਾਰਾਂ ਗਾੜੀ ਜੀ ਸਾਡੀ ਆਵਾਜ਼ ਸੁਣ ਤੇ ਸਾਡੇ ਤੇ ਕਿਰਪਾ ਕਰਨ ਸਾਡੇ ਤੇ ਰਹਿਮ ਕਰਨ ਦੀ ਸਾਡੇ ਇਲਾਕੇ ਨੂੰ ਇਹ ਸਹੂਲਤ ਮਿਲ ਸਕੇ ਜੀ ਬੋ ਬਤਾਰਵਾ ਜੀ ਇਹ ਸੀ ਸਾਡਾ ਗੱਲਬਾਤ ਕੀਤੀ ਜਿਹੜੇ ਪਿੰਡ ਦੇ ਬਤਵੰਤੇ ਲੋਕ ਨੇ ਕਨਪਕਾਲਿਆਂ ਦੇ ਜਿੱਥੇ ਕਿਹਾ ਪੀ ਜਿਹੜਾ ਇਹ ਸੈਟਲਾਈਟ ਹਸਪਤਾਲ ਆ ਇਹ ਜਿਹੜਾ ਜਲਦ ਜਲਦ ਜਿਹੜਾ ਸ਼ੁਰੂ ਹੋਣਾ ਚਾਹੀਦਾ ਜਿਹੜਾ ਖਾਸ ਕਰਕੇ ਜਿਹੜਾ ਇੱਥੇ ਸਟਾਫ ਸੀ ਜਿਵੇਂ 25 ਬੈਡਾਂ ਨਾਲ ਦੱਸਿਆ ਗਿਆ ਸੀ ਤੇ ਹਸਪਤਾਲ ਸੀ ਅਤੇ ਇੱਥੇ ਜਿਹੜੇ ਸਟਾਫ ਕਾਫੀ ਇੱਥੇ ਆਇਆ ਗਿਆ ਸੀ ਅਤੇ ਕਾਫੀ ਜਿਹੜੇ ਲੋਕਾਂ ਨੂੰ ਮੁਸ਼ਕਲ ਹੁੰਦੀ ਸੀ ਉਹ ਅੱਜ ਬਿਲਕੁਲ ਹੀ ਲੋਕ ਇੱਥੋਂ ਪਰੇਸ਼ਾਨ ਹੋ ਰਹੇ ਨੇ ਕਿਉਂਕਿ ਇੱਥੇ ਮਿਲਦਾ ਕੋਈ ਨਹੀਂ ਹੈ ਇਹਨਾਂ ਨੇ ਦੱਸਿਆ ਜਿਹੜਾ ਇੱਥੋਂ ਦਾ ਹਸਪਤਾਲ ਜਿਹੜਾ ਸਟਾਫ ਹੈ ਸ਼ਿਫ ਇੰਨੇ ਸੂਲਤਾਂ ਤੋਂ ਕਾਫੀ ਵਾਜੇ ਨੇ ਅਤੇ ਜਿਹੜੇ ਲੱਖਾਂ ਦੀ ਸਰਕਾਰ ਨੇ ਬਿਲਡਿੰਗ ਬਣਾਈ ਆ ਜ ਬਿਲਕੁਲ ਖੰਡਾਂ ਦਾ ਰੂਪ ਧਾਰ ਗਈ ਆ ਥਾਂ ਥਾਂ ਤੇ ਜਿਹੜੇ ਤਰੀੜਾ ਪਈਆਂ ਮਥਾਂ ਥਾਂ ਜਿਹੜੇ ਬਿਲਕੁਲ ਗੰਦ ਪਿਆ ਹੋਇਆ ਵਾ ਉਹ ਤੁਸੀਂ ਦੇਖ ਰਹੇ ਤਸਵੀਰਾਂ ਵਿੱਚ ਅੰਮ੍ਰਿਤਸਰ ਤੋਂ ਪੰਜਾਬੀ ਲੋਕ ਚੈਨਲ ਲਈ ਹਜੀਦ ਗਰੇਵਾਲ ਦੀ ਖਾਸ ਰਿਪੋਰਟ